अज तुहानू पंजाब दा एक पिंड दिखाउणे आ जिथे दी लगभग अद्धी आबादी विदेशां दे विच सैटल हो चुकी है। परिवारां दे परिवार कोई कैनेडा, कोई न्यूजीलैंड, कोई आस्ट्रेलिया और कोई अमरीका जा चुका है। पिछे घरां नू ताले लगे हुए ने। तकरीबन 900 बोट जिहड़ी आ ओह एनआरआई है जी। अच्छा, जिहड़ी विदेशां च रह रही है 1100 बोट जिहड़ी मौजूदा पिंड दे विच हैगी है जी। हां, ਤੇ 200 ਵੋਟ ਜਿਹੜੀ ਪਿੰਡ ਪੂਰੇ ਪਿੰਡ ਦੀ ਉਹ ਡੈਥ ਹੋ ਚੁੱਕੀਆਂ ਨੇ। ਯਾਨੀ ਕਿ ਅੱਧੀਆਂ ਵੋਟਾਂ ਪੰਜਾਬ ਪਿੰਡ ਰਹਿ ਗਈਆਂ, ਅੱਧੀਆਂ ਚਲੇ ਗਈਆਂ ਵਿਦੇਸ਼। ਅੱਛਾ, ਘਰ ਦੇ ਵਿੱਚ ਜਿਵੇਂ ਮੈਂ ਦੇਖ ਰਿਹਾ ਕਿ ਹਰ ਦੂਜਾ ਘਰ ਹੀ ਤਾਲਾ ਲੱਗਾ ਹੋਇਆ, ਜਿਵੇਂ ਉਹ ਘਰ ਨੂੰ ਤਾਲਾ ਲੱਗਾ, ਇੱਧਰ ਲੱਗਾ, ਤਾਂ ਮੈਨੂੰ ਲੱਗਦਾ ਕਿ ਇਹ ਵੀ ਘਰ ਨੂੰ ਤਾਲਾ ਲੱਗਾ, ਹਨਾ? ਇਹ ਵੀ ਵਿਦੇਸ਼ ਦੇ ਵਿੱਚ ਨੇ? ਇਹ ਵਿਦੇਸ਼ 'ਚ ਨੇ, ਹਨ। 90 ਤੋਂ ਸ਼ੁਰੂ ਹੋ ਗਿਆ ਸੀਗਾ ਜੀ। ਹਾਂ, ਬਾਹਰ ਦਰਜ਼ਾਨ। ਹਾਂ, ਉਦੋਂ ਅਨਲੀਗਲ ਤਰੀਕੇ ਨਾਲ ਬਹੁਤ ਲੋਕ ਬਾਹਰ ਗਏ ਵਿਦੇਸ਼ਾਂ 'ਚ, ਅਸੀਂ ਵੀ ਗਏ ਸੀ। ਅੱਛਾ, ਮੇਰੇ ਨਾਲ ਦੇ ਬਹੁਤ ਮੁੰਡੇ, ਮੇਰੇ ਕਲਾਸਮੇਟ ਵੀ ਗਏ ਸੀ। ਹਾਂ, ਹੌਲੀ ਹੌਲੀ ਉੱਥੇ ਫਿਰ ਸੈਟਲ ਹੋ ਗਏ। ਪੰਜਾਬ ਨੂੰ ਸਭ ਤੋਂ ਜ਼ਿਆਦਾ, ਸਾਡੇ ਹਲਕੇ ਨੂੰ ਸਭ ਤੋਂ ਜ਼ਿਆਦਾ ਲੋਸ ਇਸ ਕਰਕੇ ਹੋਇਆ ਕਿ ਬਾਹਰ ਬੱਚੇ ਸਾਡੇ ਜਿਹੜੇ ਵਿਦੇਸ਼ਾਂ 'ਚੋਂ ਲੈ ਗਏ ਨੇ, ਇੱਕ ਵਧੀਆ ਕਰੀਮ ਲੈ ਗਏ ਨੇ ਸਾਡੇ ਕੋਲੋਂ। ਕਰੀਮ ਲੈ ਗਏ ਤੇ ਕਰੀਮ 'ਤੇ ਲਗੇ ਲਗੇ ਨਾਲ ਸਾਡਾ ਪੈਸਾ ਵੀ ਲੈ ਗਏ ਸਾਰੇ। ਦੇਖੋ, ਆਉਣ ਵਾਲੇ 15 ਸਾਲਾਂ 'ਚ ਇਹ ਜਿਹੜੀ ਅੱਜ ਦੀ ਪੋਜੀਸ਼ਨ ਹੈ ਨਾ, ਉਹ ਹੋਰ 30-35% ਡਾਊਨ ਹੋ ਜਾਣੀ। ਰਹਿੰਦੇ ਨੇ ਕੋਈ ਬਾਹਰ ਦੇ ਲੋਕ ਵੀ ਇੱਥੇ ਆ ਕੇ ਰਹਿੰਦੇ ਨੇ ਫਿਰ ਇਹਨਾਂ ਘਰਾਂ 'ਚ? ਹਾਂਜੀ, ਪ੍ਰਵਾਸ ਜਿਹੜੇ ਆਪਣੇ ਬਿਹਾਰੀ ਯੂਪੀ ਵਾਲੇ ਰਹਿ ਰਹੇ ਨੇ ਇਸ ਟਾਈਮ। ਅੱਛਾ, ਕਈ ਘਰਾਂ ਦੇ ਵਿੱਚ ਰਹਿ ਰਹੇ ਨੇ, ਕਈ ਘਰ 2-3 ਘਰ ਮੁੱਲ ਵੀ ਲਏ ਉਹਨਾਂ ਨੇ। ਸਾਡੇ ਪਿੰਡ 'ਚ ਇਸ ਟਾਈਮ ਜਿਹੜਾ ਝੋਨਾ ਲਗਾਉਣ ਆਏ ਨਾ ਬੰਦੇ, ਉਹ ਤੇ ਜਿਹੜੇ ਪਿੰਡ 'ਚ ਮੌਜੂਦਾ ਰਹਿੰਦੇ ਨੇ 500-600 ਆਬਾਦੀ ਆ ਇਸ ਟਾਈਮ। ਦੇਖੋ ਜੀ, ਘਰ ਉੱਠਦੇ ਤੁਹਾਨੂੰ ਸਭ ਤੋਂ ਪਹਿਲਾਂ ਅੱਗੇ ਬਜ਼ੁਰਗ ਟੱਕਰਦੇ ਸੀ, ਉਹਨੂੰ ਮੱਥਾ ਟੇਕਦੇ ਸੀ, ਕਹਿੰਦੇ ਬੱਚਾ ਦਾਦੇ ਦੇ ਜਾਂ ਦਾਦੀ ਦੇ ਜਾਂਦਾ ਜੀ, ਜਾਂ ਪਿਓ ਦੇ ਜਾਂ ਮਾਤਾ ਤੇ ਜਾਂਦਾ, ਹਨਾ। ਹੁਣ ਜਦੋਂ ਸਵੇਰੇ ਜਨਾਨੀ ਜੇ ਕੋਈ ਪ੍ਰੈਗਨੈਂਟ ਉੱਠਦੀ ਹੈ ਤਾਂ ਪਹਿਲਾਂ ਉਹਨੂੰ ਬਈਆ ਟੱਕਰਦਾ, ਦੁੱਧ ਲੈ ਕੇ ਆਉਂਦਾ ਜਿਹੜਾ, ਫਿਰ ਤੁਹਾਡੇ ਘਰ ਟੈਲ ਲਾਉਣਾ ਬਿਹਾਰੀ ਆਉਂਦਾ ਜੀ, ਕੁਲਫੀਆਂ ਵਾਲਾ ਬਿਹਾਰੀ ਆਉਂਦਾ ਜੀ, ਤੁਹਾਡੇ ਬੂਟੇ ਪਾਉਣ ਵਾਲਾ ਬਿਹਾਰੀ ਹੈ ਜੀ, ਤੁਹਾਡੇ ਵਾਲ ਜਿਹੜੇ ਕਟਿੰਗ ਵਾਲਾ ਸਾਰਾ ਬਿਹਾਰੀ ਹੈ ਜੀ। ਅੱਛਾ, ਫਿਰ ਤੁਹਾਡੇ ਟੈਲ ਲਾਉਣ ਵਾਲਾ ਬਿਹਾਰੀ ਹੈ ਜੀ, ਤੁਹਾਡਾ ਹਰ ਕੰਮ ਰੇਹੜੀ ਸਬਜ਼ੀ ਤੱਕ ਦਾ ਬਿਹਾਰੀ ਕਰ ਰਿਹਾ, ਬਿਹਾਰੀ ਕਰ ਰਿਹਾ, ਤੇ ਫਿਰ ਬੱਚੇ ਸਾਡੇ, ਮੈਨੂੰ ਨੀ ਸਮਝ ਲੱਗਦਾ ਭਵਿੱਖ ਸਾਡਾ ਕੀ ਬਣੇਗਾ। ਮਨ 'ਚ ਡਰ ਪੈਦਾ ਹੁੰਦਾ ਕਈ ਵਾਰੀ ਕਿ ਯਾਰ ਕੀ ਬਣੇਗਾ ਭਵਿੱਖ ਸਾਡਾ, ਫਿਊਚਰ ਕੀ ਹੈ? ਬਿਲਕੁਲ ਜੀ, ਆਪਾਂ ਨੂੰ ਡਰ ਇਸ ਚੀਜ਼ ਦਾ ਬਹੁਤ ਜ਼ਿਆਦਾ। ਸਾਡੇ ਬੱਚੇ ਬਾਹਰ ਵਿਦੇਸ਼ਾਂ 'ਚ ਸੈਟਲ ਹੋ ਰਹੇ, ਮੇਰੇ ਬੱਚੇ ਵੀ ਇੱਥੇ ਨਹੀਂ ਆਉਣਾ ਚਾਹੁੰਦੇ ਬਾਹਰ ਨੇ, ਉਹ ਯਾਰ ਇਹਦਾ ਸਾਨੂੰ ਆਉਣ ਵਾਲੇ 15 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਲੋਸ ਮਿਲੇਗਾ। ਇਹ ਵੀ ਹੁਣ ਜ਼ਮੀਨਾਂ ਠੇਕੇ ਤੇ ਯੂਪੀ ਬਿਹਾਰ ਤੋਂ ਹੀ ਲੈਣਗੇ ਲੋਕ ਆ ਕੇ? ਲੈ ਰਹੇ ਨੇ ਜੀ, ਆਹ ਦੇਖੋ ਸਾਹਮਣੇ ਘਰ, ਇਹਨਾਂ ਨੇ ਪਹਿਲੀ ਠੇਕੇ ਦਿੱਤੀ ਯੂਪੀ ਵਾਲੇ ਨੂੰ। ਅੱਜ ਤੁਹਾਨੂੰ ਪੰਜਾਬ ਦਾ ਇੱਕ ਪਿੰਡ ਦਿਖਾਉਣੇ ਆ ਜਿੱਥੇ ਦੀ ਲਗਭਗ ਅੱਧੀ ਆਬਾਦੀ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੀ ਹੈ। ਪਰਿਵਾਰਾਂ ਦੇ ਪਰਿਵਾਰ ਕੋਈ ਕੈਨੇਡਾ, ਕੋਈ ਨਿਊਜ਼ੀਲੈਂਡ, ਕੋਈ ਆਸਟ੍ਰੇਲੀਆ ਔਰ ਕੋਈ ਅਮਰੀਕਾ ਜਾ ਚੁੱਕਾ ਹੈ। ਪਿੱਛੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਜਾਂ ਪ੍ਰਵਾਸੀ ਜਿਹੜੇ ਨੇ ਉਹ ਕੁਝ ਘਰਾਂ ਦੇ ਵਿੱਚ ਰਹਿ ਰਹੇ ਨੇ। ਇਸ ਸਮੇਂ ਅਸੀਂ ਕਪੂਰਥਲਾ ਦੇ ਪਿੰਡ ਪਦਾਸ ਦੇ ਵਿੱਚ ਮੌਜੂਦ ਹੈਗੇ ਹਾਂ। ਸਾਰਾ ਤੁਹਾਨੂੰ ਅੱਜ ਪਿੰਡ ਦਿਖਾਉਂਦੇ ਹਾਂ ਕਿ ਕਿਵੇਂ ਪਿੰਡ ਦੀ ਪੋਜੀਸ਼ਨ ਹੈਗੀ ਹੈ, ਪਿੰਡ ਦੇ ਵਿੱਚ ਕਿੰਨੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਿੰਡ ਤੋਂ ਜਿਹੜਾ ਤਸਵੀਰ ਤੁਹਾਨੂੰ ਅਸੀਂ ਅੱਜ ਦਿਖਾਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਤੁਹਾਨੂੰ ਇਹ ਤਸਵੀਰ ਦੇਖਣ ਨੂੰ ਮਿਲੇਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਵਾਸ ਹੋ ਰਿਹਾ, ਨੌਜਵਾਨ ਬਾਹਰ ਜਾ ਰਹੇ ਨੇ, ਪਿੰਡਾਂ ਦੇ ਵਿੱਚ ਘਰ ਖਾਲੀ ਹੋ ਰਹੇ ਨੇ, ਘਰਾਂ ਨੂੰ ਤਾਲੇ ਲੱਗੇ ਹੋਏ ਨੇ, ਤਾਂ ਪਿੰਡ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ। ਨਾਲ ਮੇਰੇ ਨਿਸ਼ਾਨ ਸਿੰਘ ਮੌਜੂਦ ਹੈਗੇ ਨੇ, ਸਾਰੀ ਗੱਲਬਾਤ ਕਰਦੇ ਹਾਂ। ਤਾਂ ਇੱਕ ਘਰ ਤੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ ਕਿ ਜਿਵੇਂ ਇਹ ਘਰ ਨੂੰ ਤਾਲਾ ਲੱਗਾ ਹੋਇਆ, ਤਾਂ ਇਹ ਪਰਿਵਾਰ ਜਿਹੜਾ ਇੱਕ ਵਿਦੇਸ਼ ਦੇ ਵਿੱਚ ਸੈਟਲ ਹੈਗਾ, ਪੂਰੇ ਪਰਿਵਾਰ ਉੱਥੇ ਬਾਹਰ ਹੈਗਾ, ਤਾਂ ਘਰ ਨੂੰ ਤਾਲਾ ਲੱਗਾ, ਵੱਡੇ ਵੱਡੇ ਘਰ ਜਿਹੜੇ ਨੇ ਪਿੰਡ ਦੇ ਵਿੱਚ ਬਣੇ ਹੋਏ ਨੇ। ਤਾਂ ਦੂਜੇ ਪਾਸੇ ਤੁਸੀਂ ਤਸਵੀਰ ਦੇਖੋ ਤਾਂ ਦੂਜੇ ਪਾਸੇ ਵੀ ਤੁਹਾਨੂੰ ਇੱਕ ਤਾਲਾ ਲੱਗਾ ਨਜ਼ਰ ਆਏਗਾ ਘਰ ਨੂੰ। ਤਾਂ ਇਸ ਤਰੀਕੇ ਦੇ ਨਾਲ ਇੱਕ ਨਹੀਂ, ਲਗਭਗ ਜਿਹੜੇ ਪਿੰਡ ਦੇ ਅੱਧੇ ਘਰ ਤੁਹਾਨੂੰ ਇਸੇ ਤਰੀਕੇ ਦੇ ਨਾਲ ਤਸਵੀਰ ਦੇਖਣ ਨੂੰ ਮਿਲੇਗੀ, ਜਿੱਥੇ ਘਰਾਂ ਦੇ ਘਰ ਜਿਹੜੇ ਨੇ ਉਹ ਬੰਦ ਪਏ ਨੇ, ਤਾਲੇ ਇਹਨਾਂ ਨੂੰ ਲੱਗੇ ਹੋਏ ਨੇ। ਤਾਂ ਮੇਰੇ ਨਾਲ ਨਿਸ਼ਾਨ ਸਿੰਘ ਮੌਜੂਦ ਹੈਗੇ ਨੇ, ਪਿੰਡ ਦੇ ਮੋਹਦਵਾਰ ਹੈਗੇ ਨੇ। ਤਾਂ ਸਾਰੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਪਿੰਡ ਦੇ ਵਿੱਚ ਕਦੋਂ ਤੋਂ ਪ੍ਰਵਾਸ ਇਹ ਸ਼ੁਰੂ ਹੋਇਆ ਅਤੇ ਕਿਵੇਂ ਜਿਹੜਾ ਨੇ ਇਹ ਹੁਣ ਪਿੰਡ ਦੀ ਸਥਿਤੀ ਦੇਖ ਰਹੇ ਨੇ। ਤਾਂ ਨਿਸ਼ਾਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਜਗਬਾਣੀ ਟੀਵੀ 'ਤੇ। ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਪਿੰਡ ਦੀ ਆਬਾਦੀ ਕਿੰਨੀ ਹੈਗੀ ਹੈ ਔਰ ਕਿੰਨੇ ਲੋਕ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਹੁਣ ਤੱਕ? ਸਭ ਤੋਂ ਪਹਿਲਾਂ ਮੈਂ ਤੁਹਾਡੀ ਸਾਰੀ ਟੀਮ ਦਾ, ਜਗਬਾਣੀ ਦਾ ਤਹਿ ਦਿਲ ਧੰਨਵਾਦ ਕਰਦਾ ਜੋ ਤੁਸੀਂ ਪਿੰਡ ਦਾ ਵਿਜ਼ਿਟ ਕਰਨ ਵਾਸਤੇ ਆਏ ਹੋ। ਅਸੀਂ ਤੁਹਾਨੂੰ ਪਿੰਡ ਦਾ ਵਿਜ਼ਿਟ ਕਰਾ ਰਹੇ ਹਾਂ। ਪਿੰਡ ਦੀ ਜਿਹੜੀ ਆਬਾਦੀ ਹੈਗੀ ਹੈ ਤਕਰੀਬਨ 5-6 ਹਜ਼ਾਰ ਦੀ ਹੈਗੀ ਹੈ ਜੀ। ਜੀ, ਵੋਟਰ ਜਿਹੜੀ 2023 ਦੀ ਸੂਚੀ ਹੈਗੀ ਆ, 2300 ਦੇ ਕਰੀਬ ਵੋਟਰ ਹੈਗੇ ਨੇ ਜੀ।
ਜਿਹਦੇ ਚੋਂ ਤਕਰੀਬਨ 900 ਵੋਟ ਜਿਹੜੀ ਆ ਉਹ NRI ਹੈ ਜੀ। ਅੱਛਾ, ਜਿਹੜੀ ਵਿਦੇਸ਼ਾਂ 'ਚ ਰਹਿ ਰਹੀ ਆ। ਹਾਂ, 1100 ਵੋਟ ਜਿਹੜੀ ਮੌਜੂਦਾ ਪਿੰਡ ਦੇ ਵਿੱਚ ਹੈਗੀ ਹੈ ਜੀ। ਹਾਂ, ਅਤੇ 200 ਵੋਟ ਜਿਹੜੀ ਪਿੰਡ ਪੂਰੇ ਪਿੰਡ ਦੀ ਉਹ ਡੈਥ ਹੋ ਚੁੱਕੀਆਂ ਨੇ, ਯਾਨੀ ਕਿ ਅੱਧੀਆਂ ਵੋਟਾਂ ਪੰਜਾਬ ਪਿੰਡ ਰਹਿ ਗਈਆਂ, ਅੱਧੀਆਂ ਚਲੇ ਗਈਆਂ ਵਿਦੇਸ਼ ਚਲੀਆਂ ਗਈਆਂ। ਹਾਂ, ਅੱਛਾ, ਘਰ ਦੇ ਵਿੱਚ ਜਿਵੇਂ ਮੈਂ ਦੇਖ ਰਿਹਾ ਕਿ ਹਰ ਦੂਜਾ ਘਰ ਹੀ ਤਾਲਾ ਲੱਗਾ ਹੋਇਆ, ਜਿਵੇਂ ਉਹ ਘਰ ਨੂੰ ਤਾਲਾ ਲੱਗਾ, ਇੱਧਰ ਲੱਗਾ, ਤਾਂ ਮੈਨੂੰ ਲੱਗਦਾ ਕਿ ਇਹ ਵੀ ਘਰ ਨੂੰ ਤਾਲਾ ਲੱਗਾ, ਹੈ ਨਾ? ਇਹ ਵੀ ਵਿਦੇਸ਼ ਦੇ ਵਿੱਚ ਨੇ? ਇਹ ਵਿਦੇਸ਼ 'ਚ ਨੇ, ਹਾਂਜੀ, ਇਟਲੀ ਫੈਮਿਲੀ ਰਹਿੰਦੇ ਨੇ ਆਪਣੀ। ਅੱਛਾ, ਸਾਰਾ ਪਰਿਵਾਰ ਉੱਥੇ ਰਹਿੰਦੇ, ਛੁੱਟੀ ਆਉਂਦੇ ਨੇ ਸਾਲ 'ਚ ਇੱਕ ਵਾਰ। ਅੱਛਾ, ਹਾਂਜੀ, ਲਗਭਗ ਮੈਨੂੰ ਲੱਗਦਾ ਕਿ ਹਰ ਦੂਜਾ ਘਰ ਨੂੰ ਤਾਲਾ ਲੱਗਾ ਹੋਇਆ। ਹਾਂਜੀ ਹਾਂਜੀ, ਬਿਲਕੁਲ। ਉਹ ਹੁਣ ਇਸ ਤਰ੍ਹਾਂ ਨਾ, ਦੇਖੋ ਸਾਡੇ ਜਿਹੜੇ ਲੋਕ ਨੇ 84 ਤੋਂ ਬਾਹਰ ਗਏ ਹੋਏ ਨੇ ਜੀ। ਅੱਛਾ, 84 ਤੋਂ ਬਾਹਰ ਕੁਛ ਲੋਕ ਗਏ ਸੀਗੇ। ਹਾਂ, 90 ਤੋਂ ਸ਼ੁਰੂ ਹੋ ਗਿਆ ਸੀਗਾ ਜੀ ਬਾਹਰ ਦਾ ਰੁਝਾਨ। ਉਦੋਂ ਅਨਲੀਗਲ ਤਰੀਕੇ ਨਾਲ ਬਹੁਤ ਲੋਕ ਬਾਹਰ ਗਏ ਵਿਦੇਸ਼ਾਂ 'ਚ, ਅਸੀਂ ਵੀ ਗਏ ਸੀ। ਅੱਛਾ, ਮੇਰੇ ਨਾਲ ਦੇ ਬਹੁਤ ਮੁੰਡੇ, ਮੇਰੇ ਕਲਾਸਮੇਟ ਵੀ ਗਏ ਸੀ। ਹੌਲੀ ਹੌਲੀ ਉੱਥੇ ਫਿਰ ਸੈਟਲ ਹੋ ਗਏ। ਜਦੋਂ ਯੂਰਪ ਇਕੱਠਾ ਸੀ, ਯੂਰਪ ਤੋਂ ਲੈਦਾ ਹੋ ਗਏ, ਅਲੱਗ ਅਲੱਗ ਕੰਟਰੀਆਂ 'ਚ ਸੀਆਂ, ਫਿਰ ਯੂਰਪ ਇਕੱਠਾ ਹੋ ਗਿਆ, ਫਿਰ ਇਟਲੀ ਜਾ ਕੇ, ਜਿਹੜੀ ਜ਼ਿਆਦਾਤਰ ਲੋਕ ਇਟਲੀ ਜਾ ਕੇ ਫਿੱਟ ਹੋ ਗਏ, ਸੈੱਟ ਹੋ ਗਏ। ਉਸ ਤੋਂ ਬਾਅਦ ਉਹਨਾਂ ਫੈਕਟਰੀਆਂ ਦੇ ਵਿੱਚ ਵਧੀਆ ਜੋਬ ਮਿਲ ਗਈ। ਸਰਕਾਰ ਦੀ ਕਾਨੂੰਨਾਂ ਦੀ ਉਹਨਾਂ ਨੇ ਪੂਰੀ ਜਿਹੜੀ ਜਾਣਕਾਰੀ ਲਈ, ਉਸ ਟਾਈਮ ਨਾਲ ਉਸ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਕੰਮ ਕੀਤਾ, ਤਾਂ ਆਪਣੀਆਂ ਆਪਣੀਆਂ ਫੈਮਿਲੀਆਂ ਜਿਹੜੀਆਂ ਸਾਰੀਆਂ ਨਾਲ ਬਾਹਰ ਮੰਗਾ ਲਈਆਂ। ਅੱਛਾ, ਜਦੋਂ ਫੈਮਿਲੀਆਂ ਬਾਹਰ ਮੰਗਾ ਲਈਆਂ, ਤਾਂ ਫਿਰ ਉਹਦੇ ਨਾਲ ਬੱਚੇ ਜਿਹੜੇ ਸੀਗੇ, ਬੱਚੇ ਵੀ ਨਾਲ ਚਲੇ ਗਏ, ਕਈਆਂ ਦੀ ਬੱਚਿਆਂ ਦੀ ਪੈਦਾਇਸ਼ ਬੌਰਨ ਉੱਥੇ ਹੋਏ ਬੱਚੇ। ਹੁਣ ਜਿਹੜੇ ਬੱਚੇ ਉੱਥੇ ਪੜ੍ਹੇ ਨੇ, ਉਹ ਪ੍ਰੋਫੈਸ਼ਨ ਲਾਈਨ 'ਚ ਉੱਥੇ ਆ ਗਏ ਨੇ ਸਾਰੇ ਜੀ। ਅੱਛਾ, ਟੌਪ ਦੀਆਂ ਜੋਬਾਂ ਗੋਰਿਆਂ ਦੇ ਨਾਲ ਕਰਦੇ ਹੈਗੇ ਨੇ। 12 ਮਹੀਨੇ ਤਨਖਾਹ, 13ਵੀਂ ਤਨਖਾਹ ਨਾਲ ਮਿਲਦੀ, ਜੋ ਇੱਕ ਗੋਰੇ ਨੂੰ ਫੈਸਿਲਿਟੀ ਮਿਲਦੀ ਹੈ, ਇਹ ਤਾਂ ਚੰਗੀ ਗੱਲ ਹੈ ਕਿ ਤਰੱਕੀ ਕੀਤੀ ਉਹਨਾਂ ਨੇ, ਉਹੀ ਸਾਨੂੰ ਮਿਲਦੀ ਹੈ ਉਸ ਫੈਸਿਲਿਟੀ। ਉਸ ਤੋਂ ਬਾਅਦ ਫਿਰ ਇੱਕ ਰੁਝਾਨ ਚੱਲਿਆ ਜੀ, ਚੱਲ ਪਏ ਲੋਕ ਸਟੂਡੈਂਟ ਬੇਸ 'ਤੇ ਜੀ। ਅੱਛਾ, ਸਟੂਡੈਂਟ ਬੇਸ 'ਤੇ ਸਾਡੇ ਬੱਚੇ ਬਹੁਤ ਪੜ੍ਹੇ ਲਿਖੇ, ਕੈਨੇਡਾ ਦੇ ਵਿੱਚ ਗਏ ਪਹਿਲਾਂ, ਆਸਟ੍ਰੇਲੀਆ ਗਏ, ਨਿਊਜ਼ੀਲੈਂਡ ਗਏ, ਆਪਣਾ UK ਗਏ, ਜਾਂ ਯੂਰਪ 'ਚ ਹੋਰ ਵੀ ਕੰਟਰੀਆਂ ਪੜ੍ਹਾਈ ਦੇ ਬੇਸ 'ਤੇ ਗਏ ਨੇ ਜੀ। ਅੱਛਾ, ਪਹਿਲਾਂ ਤਾਂ ਬੱਚੇ ਜਾਂਦੇ ਸੀ ਇਕੱਲੇ, ਲੜਕੇ ਹੀ ਜਾਂਦੇ ਸੀ, ਫਿਰ ਹੌਲੀ ਹੌਲੀ ਇਹ ਲੜਕੀਆਂ ਦਾ ਰੁਝਾਨ ਵੀ ਬਾਹਰ ਜਾਣਾ ਸ਼ੁਰੂ ਹੋ ਗਿਆ ਜੀ। ਹੁਣ ਕਾਫੀ ਲੜਕੀਆਂ ਵੀ ਗਈਆਂ ਨੇ ਉੱਥੇ ਬਾਹਰ ਪੜ੍ਹਨ ਵਾਸਤੇ। ਇਹਦੇ ਵਿੱਚ ਸਾਨੂੰ ਲੋਸ ਇਹ ਹੋਇਆ ਹੈਗਾ ਇੰਡੀਆ ਨੂੰ, ਪੂਰੇ ਇੰਡੀਆ ਨੂੰ, ਪੰਜਾਬ ਨੂੰ ਸਭ ਤੋਂ ਜ਼ਿਆਦਾ, ਸਾਡੇ ਹਲਕੇ ਨੂੰ ਸਭ ਤੋਂ ਜ਼ਿਆਦਾ ਲੋਸ ਇਸ ਕਰਕੇ ਹੋਇਆ ਕਿ ਬਾਹਰ ਬੱਚੇ ਸਾਡੇ ਜਿਹੜੇ ਵਿਦੇਸ਼ਾਂ 'ਚੋਂ ਲੈ ਗਏ ਨੇ, ਇੱਕ ਵਧੀਆ ਕਰੀਮ ਲੈ ਗਏ ਨੇ ਸਾਡੇ ਕੋਲੋਂ, ਕਰੀਮ ਲੈ ਗਏ, ਅਤੇ ਕਰੀਮ 'ਤੇ ਲਗੇ ਨਾਲ ਸਾਡਾ ਪੈਸਾ ਵੀ ਲੈ ਗਏ ਸਾਰੇ। ਜਦੋਂ ਇੱਕ ਬੱਚਾ ਬਾਹਰ ਜਾ ਕੇ ਸਟੱਡੀ ਬੇਸ 'ਤੇ ਜਾਂਦਾ, 25-30 ਲੱਖ ਰੁਪਇਆ ਉਹ ਨਾਲ ਲੈ ਕੇ ਚਲਾ ਜਾਂਦਾ ਜੀ। ਬਿਲਕੁਲ, ਚਲਾ ਜਾਂਦਾ। 25-30 ਲੱਖ ਰੁਪਇਆ ਹਰ ਬੰਦੇ ਦੇ ਘਰ ਦੇ ਵਿੱਚੋਂ ਨਹੀਂ ਨਿਕਲਦਾ, ਆਰਥਿਕ ਪੱਖੋਂ ਵੀ ਕਮਜ਼ੋਰ ਹੋ ਗਏ, ਆਰਥਿਕ ਪੱਖੋਂ ਆਪਾਂ ਵੈਸੇ ਹੀ ਕਮਜ਼ੋਰ ਹੋ ਗਏ। ਉਹ ਫਿਰ ਬੱਚੇ ਕੁਛ ਆਪਣਾ ਕੋਈ ਘਰ ਗਹਿਣੇ ਪਾ ਲੈਂਦਾ ਜੀ, ਕੁਛ ਕੁਛ ਜ਼ਮੀਨ ਦਾ ਟੁਕੜਾ ਵੇਚ ਦਿੰਦਾ, ਕੁਛ ਕੁਛ ਘਰ ਵੀ ਵੇਚਦਾ ਵਾ, ਇੱਦਾਂ ਵੀ ਪਿੰਡ 'ਚ ਐਗਜ਼ਾਮਪਲਾਂ ਹੈ ਨੇ। ਉਹ ਬੱਚਿਆਂ ਨੇ ਜਾ ਕੇ ਬਾਹਰ ਸੈਟਲ ਹੋ ਗਏ ਜੀ। ਹੁਣ ਪਿਛਲੇ 2-3 ਸਾਲ ਤੋਂ ਜਿਹੜਾ ਸੀ, ਸਭ ਤੋਂ ਜ਼ਿਆਦਾ ਬੱਚਾ ਸਾਡਾ ਜਿਹੜਾ ਗਿਆ ਅਮੈਰੀਕਾ ਗਿਆ। ਅੱਛਾ, ਅਮੈਰੀਕਾ 'ਚ ਗਏ ਨੇ, ਅਮੈਰੀਕਾ ਦਾ ਬੱਚੇ ਜਿਹੜੇ ਗਏ ਨੇ ਉੱਥੇ ਜਾ ਕੇ ਬਹੁਤ ਜਦੀਆ ਵਧੀਆ ਸਵੈਟਲ ਸੈਟਲ ਹੋ ਗਏ, ਬਹੁਤ ਵਧੀਆ ਸੈਟਲ ਹੋ ਜਾਂਦਾ। ਅੱਛਾ, ਜਦੋਂ ਅਮੈਰੀਕਾ ਬੱਚਾ ਜਾਂਦਾ, ਹੁਣ ਅੱਜ ਦੀ ਡੇਟ 'ਚ 40-50 ਲੱਖ ਰੁਪਇਆ ਲਾ ਕੇ ਜਾਂਦਾ ਜੀ, 40-50 ਲੱਖ ਰੁਪਏ ਕਿਸੇ ਦੇ ਘਰੋਂ ਤਾਂ ਨਹੀਂ ਨਿਕਲਦਾ, ਬਿਲਕੁਲ ਨਹੀਂ ਨਿਕਲਦਾ। ਜਿਹਨਾਂ ਦੇ ਬਾਹਰ ਬਿਜ਼ਨਸ, ਉਹਨਾਂ ਕੋਲ ਨਿਕਲੋ, ਫਿਰ ਉਹ ਲੋਕਾਂ ਨੂੰ ਮਜਬੂਰੀ ਹੁੰਦੀ, ਕਈਆਂ ਨੂੰ ਆਪਣੀ ਕੋਈ ਪ੍ਰੋਪਰਟੀ ਦੇਣੀ, ਕੋਈ ਗਹਿਣਾ ਗੱਟਾ, ਕੋਈ ਘਰ ਗਹਿਣੇ ਪਾ ਕੇ ਵੀ ਗਏ ਨੇ। ਅੱਛਾ, ਅੱਜ ਉਹ ਬੱਚੇ ਬੜੇ ਵਧੀਆ, ਜੇ ਉੱਥੇ ਉਸ ਟਾਈਮ 'ਤੇ ਘਰ ਗਹਿਣੇ ਪਾ ਕੇ ਜਾਂ ਜ਼ਮੀਨ ਲੈ ਕੇ ਗਏ ਸੀਗੇ ਵੇਚ ਕੇ, ਅੱਜ ਉਹਨਾਂ ਨੇ ਜ਼ਮੀਨਾਂ ਵੀ ਲਈਆਂ ਨੇ, ਘਰ ਵੀ ਲਏ, ਨਵੇਂ ਘਰ ਵੀ ਬਣ ਰਹੇ ਨੇ। ਅੱਛਾ, ਇਹ ਤਰੱਕੀ ਵੀ ਹੋਈ ਹੈ, ਪਰ ਜੋ 1995 ਤੋਂ 2010 ਤੱਕ ਜੋ ਜ਼ਮੀਨਾਂ ਦਾ ਰੇਟ ਸੀ, ਜ਼ਮੀਨ ਕੋਈ ਵੇਚਦਾ ਹੀ ਨਹੀਂ ਸੀ, ਚੋਰੀ ਛੱਪੀ ਜ਼ਮੀਨ ਵਿਕਦੀ ਸੀ ਵੀ ਕਿ ਦੂਜੇ ਨੂੰ ਨਾ ਪਤਾ ਲੱਗ ਜਾਏ ਮੈਂ ਖਰੀਦਣੀ ਹੈ ਜੀ, ਮੈਂ ਖਰੀਦਣੀ, ਕਿਸੇ ਰੇਟ 'ਤੇ ਵੀ ਉਹ ਖਰੀਦ ਲੈਂਦਾ ਸੀ, ਖਰੀਦ ਲੈਂਦਾ ਸੀਗਾ, ਜਿਹੜੀ ਜ਼ਮੀਨ ਰੋਡ 'ਤੇ 1 ਕਰੋੜ ਰੁਪਏ ਦੀ ਸੀਗੀ 2010 ਤੱਕ, 2015 ਵੀ ਆਪਾਂ ਵਿੱਚ ਐਡ ਕਰ ਸਕਦੇ ਹਾਂ, ਜਿਹੜੀ 40 ਲੱਖ ਰੁਪਏ ਨੂੰ ਜ਼ਮੀਨ ਵਾਹੀ ਯੁੱਗ ਸੀ, ਅੱਜ ਜਿਹੜੇ ਉਹ ਜ਼ਮੀਨ ਦੇ ਰੇਟ ਨੇ, 1 ਕਰੋੜ ਰੁਪਏ ਵਾਲੀ ਜ਼ਮੀਨ ਜਿਹੜੀ 40 ਲੱਖ ਰੁਪਏ 'ਤੇ ਆ ਗਈ ਜੀ, 40 ਲੱਖ ਵਾਲੀ 20 'ਤੇ ਆ ਗਈ, 40 ਵਾਲੀ ਜਿਹੜੀ ਵਾਹੀ ਯੁੱਗ ਜ਼ਮੀਨ ਸੀ ਉਹ 20-22-25 'ਤੇ ਰਹਿ ਗਈ, ਜ਼ਮੀਨ ਦੇ ਹਿਸਾਬ ਨਾਲ ਰਹਿੰਦੀ ਹੈ ਜੀ, ਜ਼ਮੀਨਾਂ ਲੈ ਨਹੀਂ ਰਿਹਾ ਕੋਈ ਵੀ, ਕਿਉਂਕਿ ਬੱਚੇ ਜਿਹੜੇ ਨੇ ਉੱਥੇ ਸੈਟਲ ਹੋ ਗਏ ਨੇ ਸਾਰੇ, ਸਾਰੇ ਸੈਟਲ ਹੋ ਗਏ, ਆਪਣੀਆਂ ਫੈਮਿਲੀਆਂ ਸੈਟਲ ਕਰ ਲਈਆਂ, ਉਹਨਾਂ ਆਪਣੇ ਬਿਜ਼ਨਸ ਸੈਟਲ ਕਰ ਲਏ, ਉਹਨਾਂ ਦਾ ਉੱਥੋਂ ਆਉਣਾ ਬੜਾ ਮੁਸ਼ਕਲ ਹੋ ਗਿਆ, ਕਿਉਂਕਿ ਬਾਹਰ 'ਤੇ ਆਪਾਂ 5 ਦਿਨ ਵੀ ਕੰਮ ਨਾ ਕਰੀਏ ਤਾਂ ਔਖਾ ਹੋ ਜਾਂਦਾ, ਬੜਾ ਔਖਾ ਹੋ ਜਾਂਦਾ, ਅਤੇ ਜੇ ਆਪਾਂ ਕੋਈ ਘਰ ਨੂੰ ਬੰਦ ਜਾਂ ਕਿਸੇ ਸ਼ੋਪ ਨੂੰ ਜਾਂ ਕਿਸੇ
ਆਪਾਂ ਲਿਕਰ ਸਟੋਰ ਨੂੰ ਜਾਂ ਕਿਸੇ ਪੰਪ ਨੂੰ ਜਾਂ ਟਰਾਂਸਪੋਰਟ ਨੂੰ ਜਿਹੜੇ ਲੇਬਲ ਅੱਜ ਰੈਸਟੋਰੈਂਟ ਨੂੰ ਬੰਦ ਕਰ ਦਈਏ ਤੇ ਬੜਾ ਮੁਸ਼ਕਿਲ ਹੁੰਦਾ ਵਾ ਬਿਲਕੁਲ ਉਹਨਾਂ ਵਾਸਤੇ ਇੱਧਰ ਆਉਣਾ ਬੜਾ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਕਿਉਂ ਸਾਨੂੰ ਆਉਣ ਵਾਲੇ ਟਾਈਮ 'ਚ ਬਹੁਤ ਘਾਟਾ ਹੋਏਗਾ ਬਿਲਕੁਲ ਕਿਉਂਕਿ NRI ਆਉਣ ਨਾਲ ਜਿਹੜੀ ਪਿੰਡ ਦੀ ਕੀ ਪੰਜਾਬ ਦੀ ਜਿਹੜਾ ਨਾ ਉਹ ਖੁਸ਼ਹਾਲ ਹੋ ਜਾਂਦਾ ਜੀ ਬਿਲਕੁਲ ਆਹ ਵੀ ਘਰ ਨੂੰ ਤਾਲਾ ਲੱਗਾ ਹੋਇਆ ਇਹ ਵੀ ਬਾਹਰ ਨੇ ਜੀ ਅੱਛਾ ਵਿੱਚ ਵੈਲ ਸੈਟਲਡ ਨੇ ਜੀ ਅੱਛਾ ਇਹ ਫਰਾਂਸ ਦੇ ਵਿੱਚ ਸੈਟਲ ਹੈ ਮੈਨੂੰ ਲੱਗਦਾ ਕਿ ਗਲੀ ਦੇ ਵਿੱਚ ਤਾਂ ਜ਼ਿਆਦਾਤਰ ਜਿਹੜੇ ਨੇ ਗੇਟ ਤਾਲੇ ਲੱਗੇ ਨਜ਼ਰ ਆਉਂਦੇ ਮੈਨੂੰ ਲੱਗਦਾ ਕਿ ਖੁੱਲ੍ਹਾ ਤਾਂ ਕੋਈ ਟਾਵਾਂ ਟਾਵਾਂ ਹੀ ਨਜ਼ਰ ਆਉਂਦੇ ਆ ਪਿੰਡ ਦੇ ਵਿੱਚ ਜੇ ਹੁਣ ਇਹ ਸਿਚੁਏਸ਼ਨ ਹੈਗੀ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ 5 ਸਾਲਾਂ ਨੂੰ ਕੀ ਸਿਚੁਏਸ਼ਨ ਹੋਏਗੀ ਦੇਖੋ ਆਉਣ ਵਾਲੇ 15 ਸਾਲਾਂ 'ਚ ਜਿਹੜੀ ਅੱਜ ਦੀ ਪੋਜੀਸ਼ਨ ਹੈ ਨਾ ਉਹ ਹੋਰ 30-35% ਡਾਊਨ ਹੋ ਜਾਣੀ ਜੀ ਹਾਂ ਇਹ ਵੀ ਇੱਕ ਘਰ ਹੈ ਸਾਡਾ ਜੀ ਅੱਛਾ ਇਹ ਪਰਿਵਾਰ ਸਾਡਾ ਅਮਰੀਕਾ ਦੇ ਵਿੱਚ ਵੈਲ ਸੈਟਲਡ ਹੈ ਅੱਛਾ ਆਪਣੇ ਟੌਪ ਦੇ ਬਿਜ਼ਨਸ ਨੇ ਜੀ ਹਾਂ ਗੁਰੂ ਘਰ ਦੇ ਪ੍ਰਧਾਨ ਵੀ ਨੇ ਉੱਥੇ ਹਾਂ ਉੱਥੇ ਸ਼ੈਂਗੜਾ ਸਿਟੀ ਦੇ ਵਿੱਚ ਹਾਂ ਮਿਸ਼ੀਗਨ ਦੇ ਵਿੱਚ ਜੀ ਅੱਛਾ ਇਸ ਬੰਦੇ ਨੇ ਆਪਣੇ ਜਿਹੜੀ ਫਿਰਨੀ ਦਾ ਘੁੰਮ ਰਹੇ ਆ ਹਾਂ ਇਸ ਦੇ ਵਿੱਚ 7,80,000 ਰੁਪਏ ਦਾ ਯੋਗਦਾਨ ਪਾਇਆ ਜੀ ਅੱਛਾ ਇਕੱਲੇ ਨੇ ਜੀ ਇਹ ਮੈਨੂੰ ਲੱਗਦਾ ਕਿ NRI ਜਿਹੜੇ ਪਿੰਡ 'ਚ ਜ਼ਿਆਦਾ ਨੇ ਇੱਕ ਇਹ ਵੀ ਪਲੱਸ ਪੁਆਇੰਟ ਹੈਗਾ ਕਿ ਉਹ ਪਿੰਡ ਨੇ ਤਰੱਕੀ ਬਹੁਤ ਕੀਤੀ ਹੈ ਜਿੱਥੇ NRI ਨਹੀਂ ਉਹ ਤਰੱਕੀ ਹੋ ਹੀ ਨਹੀਂ ਸਕਦੀ ਤਰੱਕੀ ਹੋ ਹੀ ਨਹੀਂ ਸਕਦੀ ਪਰ ਇਹ ਹੈ ਕਿ ਦੂਜੇ ਪਾਸੇ ਇਹ ਵੀ ਹੈ ਕਿ ਜਿਵੇਂ ਇਹ ਆਲੀਸ਼ਾਨ ਮੈਨੂੰ ਲੱਗਦਾ ਕਿ ਘਰ ਬਣਿਆ ਹੋਇਆ ਕਿੰਨਾ ਸੋਹਣੇ ਤਰੀਕੇ ਨਾਲ ਬਣਿਆ ਪਰ ਮੈਨੂੰ ਲੱਗਦਾ ਕਿ ਰਹਿ ਨਹੀਂ ਰਿਹਾ ਕੋਈ ਵੀ ਬਜ਼ੁਰਗ ਰਹਿੰਦੇ ਨੇ ਆਉਂਦੇ ਨੇ ਇਹ ਵੀ ਗ੍ਰੀਨ ਕਾਰਡ ਹੋਲਡਰ ਨੇ ਇਹ ਵੀ ਉੱਥੇ ਚਲੇ ਜਾਂਦੇ ਵੀ ਉੱਥੇ ਜਾਂਦੇ ਨੇ ਤੇ ਆਉਂਦੇ ਆ ਹਾਂ ਤੇ ਮਗਰ ਐਡਾ ਵੱਡਾ ਘਰ ਹੈ ਕੋਈ 2-3 ਕਨਾਲਾਂ ਦੇ ਵਿੱਚ ਹਾਂ ਚਾਰ ਭਰਾ ਨੇ ਉੱਥੇ ਬਾਹਰ ਚਾਰੇ ਸੈਟਲ ਨੇ ਹਾਂਜੀ ਬਹੁਤ ਆਪਣੇ ਆਪਣੇ ਬਿਜ਼ਨਸ ਨੇ ਚਾਰਾਂ ਦੇ ਹਾਂ ਆ ਫਿਰ ਉੱਥੇ ਗਏ ਆ ਉੱਥੇ ਵੀ ਇਹਨਾਂ ਨੇ ਪਿੰਡ ਵਾਸਤੇ ਚਾਰਾਂ ਭਰਾਵਾਂ ਨੇ $4,000 USA ਦਿੱਤਾ ਸੀਗਾ ਜੀ ਅੱਛਾ ਡੋਨੇਸ਼ਨ ਦਿੱਤਾ ਯਾਨੀ ਕਿ ਪਿੰਡ ਨਾਲ ਜੁੜੇ ਹੋਏ ਨੇ ਪਿੰਡ ਨਾਲ ਜੁੜੇ ਨੇ ਜੀ ਪਿੰਡ ਨਾਲ ਜੁੜੇ ਨੇ ਬਿਲਕੁਲ ਜੁੜੇ ਇਹ ਵੀ ਇੱਕ ਚੰਗੀ ਗੱਲ ਹੈਗੀ ਹੈ ਵੈਸੇ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਹਾਂ ਬਾਕੀ ਤੁਸੀਂ ਦੇਖ ਲਓ ਹਾਂ ਮੈਨੂੰ ਲੱਗਦਾ ਕਿ ਪਿੱਛੋਂ ਅਸੀਂ 7,80,000 ਰੁਪਏ ਦਿੱਤਾ ਇਹਨਾਂ ਦੀ ਵੀ ਥੜੀ ਅੰਦਰ ਹੈ ਜੀ ਅੱਛਾ ਅੱਛਾ ਇਹ ਵੀ ਬੜੀ ਵਧੀਆ ਚੀਜ਼ ਹੈ ਗਲੀ ਖੁੱਲੀ ਹੈਗੀ ਤੁਹਾਡੀ ਸਾਰੀ ਮੈਨੂੰ ਲੱਗਦਾ ਥੜੀ ਕਿਸੇ ਵੀ ਗਲੀ ਦੇ ਵਿੱਚ ਜਿਹੜੀ ਨਜ਼ਰ ਨਹੀਂ ਆ ਰਹੀ ਚਲੋ ਇੱਕ ਕਹਿੰਦੇ ਸਿਆਣਾ ਪਿੰਡ ਵੀ ਹੋ ਜਾਂਦਾ ਜਦੋਂ ਜਿੱਥੇ ਜ਼ਿਆਦਾ ਪੜ੍ਹੇ ਲਿਖੇ ਹੋਣ ਜਾਂ ਬਾਹਰ ਜ਼ਿਆਦਾ ਗਏ ਹੋਣ ਤਾਂ ਉਹ ਪਿੰਡ ਦਾ ਜਿਹੜਾ ਉਹ ਵਾਧਾ ਵੀ ਹੋ ਜਾਂਦਾ ਪਰ ਇਹ ਹੈ ਕਿ ਜਿਵੇਂ ਇਹ ਇੱਕ ਘਰ ਹੈ ਮੈਨੂੰ ਲੱਗਦਾ ਕਿ ਇਹਨੂੰ ਤਾਲਾ ਲੱਗਾ ਹੋਇਆ ਕਿ ਖੁੱਲ੍ਹਾ ਇਹ ਵੀ ਅਮਰੀਕਾ ਸੈਟਲ ਅੱਛਾ ਇਹ ਵੀ ਅਮਰੀਕਾ ਹੈ ਹਾਂਜੀ ਅੱਛਾ ਸਾਰਾ ਹੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਹੋ ਗਏ ਨੇ ਮੈਨੂੰ ਲੱਗਦਾ ਪਿੱਛੋਂ ਅਸੀਂ 10 ਘਰ ਵੇਖ ਆਏ ਗਲੀ ਦੇ ਵਿੱਚੋਂ ਤਾਂ ਮੈਨੂੰ ਲੱਗਦਾ 2 ਹੀ ਖੁੱਲ੍ਹੇ ਨੇ ਕਿੰਨਾ ਹੀ ਨਿਸ਼ਾਨ ਜੀ ਅੱਛਾ ਇਹ ਫਿਰ ਜਿਵੇਂ ਇਹ ਫਿਰ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਇੱਥੇ ਰਹਿੰਦੇ ਸੀ ਇਹਨਾਂ ਦਾ ਘਰ ਉਧਰ ਵੱਡਾ ਘਰ ਗਲੀ ਜੀ ਬਣ ਗਿਆ ਜੀ ਅੱਛਾ ਠੀਕ ਹੈ ਚਲੋ ਇਹ ਤਾਂ ਚੰਗੀ ਗੱਲ ਹੈਗੀ ਆ ਅੱਛਾ ਫਿਰ ਜਿਵੇਂ ਪੱਕੇ ਬਾਹਰ ਸੈਟਲ ਹੋ ਗਏ ਕੁਝ NRI ਤਾਂ ਉਹਨਾਂ ਨੇ ਫਿਰ ਇੱਥੇ ਆਪਣੇ ਘਰ ਜਾਂ ਜ਼ਮੀਨਾਂ ਰੱਖੀਆਂ ਨੇ ਕਿ ਜਾਂ ਕੁਛ ਨੇ ਆਪਣੀ ਸੇਲ ਵੀ ਕਰਕੇ ਉਧਰ ਪੱਕੇ ਸੈਟਲ ਹੋ ਗਏ ਨੇ ਕਿ ਜਾਂ ਅਜੇ ਜੁੜੇ ਨੇ ਸਾਰੇ NRI ਹੁੰਦੇ ਨੇ ਨਾਲ ਜੁੜੇ ਨੇ ਸਾਰੇ ਪੰਜਾਬ ਨਾਲ ਪਿੰਡਾਂ ਨਾਲ ਉਹ ਜ਼ਮੀਨ ਜਦ ਤੱਕ ਤੇ ਬਜ਼ੁਰਗ ਜੁੰਦੇ ਨੇ ਹਾਂ ਉਹ ਤੱਕ ਤੇ ਜ਼ਮੀਨਾਂ ਨਹੀਂ ਵਿਕਦੀਆਂ ਹਾਂ ਕਿਉਂਕਿ ਬਜ਼ੁਰਗਾਂ ਨੇ ਜ਼ਮੀਨਾਂ ਜਿਹੜੀਆਂ ਨੇ ਇਹ ਬੜੀ ਹਿੰਮਤ ਨਾਲ ਬਣਾਈਆਂ ਬੜੀ ਮਿਹਨਤ ਨਾਲ ਬਣਾਈਆਂ ਨੇ ਹਾਂ ਤੇ ਬੱਚੇ ਵੀ ਜਿਹੜੇ ਨੇ ਸਾਡੇ ਮਤਲਬ ਮੇਰੇ ਏਜ ਦੇ ਨੇ ਜਿਹੜੇ ਜਾਂ ਮੇਰੇ ਤੋਂ ਛੋਟੇ ਵੀ ਨੇ ਜਾਂ ਮੇਰੇ ਤੋਂ ਵੱਡੇ ਵੀ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਬਜ਼ੁਰਗਾਂ ਦੀ ਜਿਹੜੀ ਯਾਦ ਆ ਜ਼ਮੀਨ ਆ ਘਰ ਆ ਕੋਈ ਪਲਾਟ ਆ ਉਹ ਨਹੀਂ ਅਸੀਂ ਵੇਚਣਾ ਅੱਛਾ ਉਹ ਭਾਵੇਂ ਜਿੱਦਾਂ ਮਰਜ਼ੀ ਇਹ ਵੀ ਘਰ ਮਨਜੀਤ ਸਿੰਘ ਮੁੰਡਾ ਜਰਮਨ ਤੋਂ ਇਹ ਵੀ ਜਰਮਨ ਹੈ ਇਹਨਾਂ ਦੇ ਸਾਹਮਣੇ ਵੀ ਇੱਕ ਇਹ ਵੀ ਇਹਨਾਂ ਦਾ ਜੀ ਅੱਛਾ ਇਹ ਵੀ ਜਰਮਨ ਨੇ ਅੱਛਾ ਇਹ ਜਰਮਨ ਸੈਟਲ ਨੇ ਇਹ ਠੀਕ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਸ਼ਾਨ ਜੀ ਗੱਲਬਾਤ ਕਰਨ ਦੇ ਲਈ ਸੋ ਇਹ ਪਦਾਸ ਪਿੰਡ ਹੈਗਾ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾਇਆ ਜਿੱਥੇ ਅੱਧੇ ਤੋਂ ਵੱਧ ਆਬਾਦੀ ਜਿਹੜੀ ਹੈ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੀ ਹੈ ਬੜਾ ਸ਼ਾਨਦਾਰ ਇਹਨਾਂ ਨੇ ਪਿੰਡ ਬਣਾਇਆ ਹੋਇਆ ਪਰ ਪਿੰਡ ਦੇ ਲੋਕਾਂ ਨੂੰ ਇੱਕ ਡਰ ਸਤਾ ਰਿਹਾ ਕਿ ਜੋ ਅਸੀਂ ਪੈਸਾ ਲਾਤਾ ਜੋ ਇੱਥੇ ਫੈਸਿਲਿਟੀਜ਼ ਦੇਤੀਆਂ ਨੇ ਉਹ ਸਾਡੇ ਬੱਚਿਆਂ ਨੇ ਨਹੀਂ ਮੰਨੀਆਂ ਕਿਉਂਕਿ ਇੱਥੇ UP ਬਿਹਾਰ ਤੋਂ ਆ ਕੇ ਲੋਕ ਰਹਿਣਾ ਸ਼ੁਰੂ ਕਰ ਗਏ ਨੇ ਜ਼ਮੀਨਾਂ ਠੇਕੇ 'ਤੇ ਲੈਣੀਆਂ ਸ਼ੁਰੂ ਕਰ ਗਏ ਨੇ ਕਹਿੰਦੇ ਨੇ ਕਿ ਇਹੀ ਚੀਜ਼ ਦਾ ਡਰ ਹੈ ਕਿ ਇਸ ਪਿੰਡ ਦੇ ਵਿੱਚ UP ਬਿਹਾਰ ਦੇ ਜਿਹੜੇ ਲੋਕ ਨਜ਼ਰ ਆਉਣਗੇ ਪੰਜਾਬੀ ਜਿਹੜੇ ਨੇ ਉਹ ਘੱਟ ਨਜ਼ਰ ਆਉਣਗੇ ਤਾਂ ਇਹ ਇੱਕ ਪਿੰਡ ਦੀ ਨਹੀਂ ਇਹ ਪੰਜਾਬ ਦੇ ਕਈ ਪਿੰਡਾਂ ਦੀ ਕਹਾਣੀ ਹੈਗੀ ਆ ਜਿੱਥੇ ਲਗਾਤਾਰ ਪ੍ਰਵਾਸ ਹੋ ਰਿਹਾ ਤਾਂ ਲੋਕ ਜਿਹੜੇ ਨੇ ਲਗਾਤਾਰ ਬਾਹਰ ਜਾ ਰਹੇ ਨੇ ਤਾਂ ਘਰਾਂ ਦੇ ਘਰ ਜਿਹੜੇ ਨੇ ਖਾਲੀ ਹੋ ਰਹੇ ਨੇ ਕੈਮਰਾਮੈਨ ਵਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ TV ਪਿੰਡ ਬਤਾਸ ਜ਼ਿਲ੍ਹਾ ਕਪੂਰਥਲਾ